ਜੀ, ਮੈਂ ਡਾਕਟਰ ਮਨਵੀਰ ਸਿੰਘ, ਸੀ ਟੀ ਗਰੁੱਪ ਤੋਂ। ਅੱਜ ਸੀ ਟੀ ਗਰੁੱਪ ਆਫ ਇੰਸਟੀਟਿਊਸ਼ਨਸ ਵਿੱਚ ਇੱਕ ਮਾਈਕਰੋ ਫੋਰੈਸਟ ਲਗਾਇਆ ਗਿਆ ਜੀ, 555 ਬੂਟਿਆਂ ਦੇ ਨਾਲ। ਇਹ ਫੋਰੈਸਟ ਮੀਆਂਵਾਕੀ ਟੈਕਨੀਕ ਦੇ ਤਹਿਤ ਨੇਟਿਵ ਪਲਾਂਟਸ ਨਾਲ ਲਗਾਇਆ ਗਿਆ। ਹਰਿਆਵਲ ਮਿਸ਼ਨ, ਜੋ ਕਿ ਜਗਰਾਓਂ ਦੀ ਇੱਕ ਸੰਸਥਾ ਹੈਗੀ, ਉਹਦੇ ਨਾਲ ਮਿਲ ਕੇ ਇਹ ਇੱਕ ਕੈਂਪੇਨ ਸਟਾਰਟ ਕੀਤੀ ਗਈ ਹੈਗੀ ਆ। ਆਪਾਂ ਇੱਦਾਂ ਦੇ ਫੋਰੈਸਟ ਸੀ ਟੀ ਗਰੁੱਪ ਆਪਣੇ ਹਰ ਕੈਂਪਸ ਵਿੱਚ ਕਰਾਏਗਾ ਆਉਣ ਵਾਲੇ ਟਾਈਮ ਦੇ ਵਿੱਚ। ਔਰ ਮੇਰੀ ਰਿਕੁਐਸਟ ਆ ਸਾਰੇ ਸਕੂਲਾਂ ਵਾਲਿਆਂ ਨੂੰ, ਕਾਲਜਾਂ, ਯੂਨੀਵਰਸਿਟੀਜ਼, ਕਿ ਇੱਦਾਂ ਦੇ ਮਾਈਕਰੋ ਫੋਰੈਸਟ ਉਹ ਆਪਣੇ ਕੈਂਪਸ ਵਿੱਚ ਬਣਾਉਣ, ਤਾਂ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ 50 ਡਿਗਰੀ, 40 ਡਿਗਰੀ ਹੋ ਗਿਆ ਹੈ, ਕਿਤੇ ਨਾ ਕਿਤੇ ਸਾਡੀ ਵੀ ਕੋਈ ਡਿਊਟੀ ਬਣਦੀ ਆ ਇਨਵਾਇਰਮੈਂਟ 'ਚ ਆਪਣਾ ਸਦ ਪਾਉਣ ਦੀ, ਆਪਣੀ ਹੈਲਪ ਕਰਨ ਦੀ, ਤਾਂ ਕਿ ਜੋ ਪੰਜਾਬ ਆਉਣ ਵਾਲੇ ਟਾਈਮ 'ਚ ਰਾਜਸਥਾਨ ਨਾਲ ਕਿਤੇ ਬਣ ਜਾਏ। ਪਾਣੀ ਦਾ ਲੈਵਲ ਆਲਰੇਡੀ ਬਹੁਤ ਥੱਲੇ ਜਾ ਚੁੱਕੇ ਨੇ। ਸੋ ਇੱਦਾਂ ਦੀ ਗ੍ਰੀਨ ਮਿਸ਼ਨਸ ਦੇ ਨਾਲ ਅਸੀਂ ਮਾਈਕਰੋ ਫੋਰੈਸਟ ਬਣਾਉਂਦੇ ਰਹੀਏ ਔਰ ਸੰਸਥਾ ਸੇਵਾ ਨੂੰ, ਇਨਵਾਇਰਮੈਂਟ ਨੂੰ ਬਚਾਉਂਦੇ ਰਹੀਏ। ਅੱਜ ਕੱਲ੍ਹ ਜੀ, ਮੈਂ ਡਾਕਟਰ ਮਨਵੀਰ ਸਿੰਘ, ਸੀ ਟੀ ਗਰੁੱਪ ਤੋਂ। ਅੱਜ ਸੀ ਟੀ ਗਰੁੱਪ ਆਫ ਇੰਸਟੀਟਿਊਸ਼ਨਸ ਵਿੱਚ ਇੱਕ ਮਾਈਕਰੋ ਫੋਰੈਸਟ ਲਗਾਇਆ ਗਿਆ ਜੀ, 555 ਬੂਟਿਆਂ ਦੇ ਨਾਲ। ਇਹ ਫੋਰੈਸਟ ਮੀਆਂਵਾਕੀ ਟੈਕਨੀਕ ਦੇ ਤਹਿਤ ਨੇਟਿਵ ਪਲਾਂਟਸ ਨਾਲ ਲਗਾਇਆ ਗਿਆ। ਹਰਿਆਵਲ ਮਿਸ਼ਨ, ਜੋ ਕਿ ਜਗਰਾਓਂ ਦੀ ਇੱਕ ਸੰਸਥਾ ਹੈਗੀ, ਉਹਦੇ ਨਾਲ ਮਿਲ ਕੇ ਇਹ ਇੱਕ ਕੈਂਪੇਨ ਸਟਾਰਟ ਕੀਤੀ ਗਈ ਹੈਗੀ ਆ। ਆਪਾਂ ਇੱਦਾਂ ਦੇ ਫੋਰੈਸਟ ਸੀ ਟੀ ਗਰੁੱਪ ਆਪਣੇ ਹਰ ਕੈਂਪਸ ਵਿੱਚ ਕਰਾਏਗਾ ਆਉਣ ਵਾਲੇ ਟਾਈਮ ਦੇ ਵਿੱਚ। ਔਰ ਮੇਰੀ ਰਿਕੁਐਸਟ ਆ ਸਾਰੇ ਸਕੂਲਾਂ ਵਾਲਿਆਂ ਨੂੰ, ਕਾਲਜਾਂ, ਯੂਨੀਵਰਸਿਟੀਜ਼, ਕਿ ਇੱਦਾਂ ਦੇ ਮਾਈਕਰੋ ਫੋਰੈਸਟ ਉਹ ਆਪਣੇ ਕੈਂਪਸ ਵਿੱਚ ਬਣਾਉਣ, ਤਾਂ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ 50 ਡਿਗਰੀ, 40 ਡਿਗਰੀ ਹੋ ਗਿਆ ਹੈ, ਕਿਤੇ ਨਾ ਕਿਤੇ ਸਾਡੀ ਵੀ ਕੋਈ ਡਿਊਟੀ ਬਣਦੀ ਆ ਇਨਵਾਇਰਮੈਂਟ 'ਚ ਆਪਣਾ ਸਦ ਪਾਉਣ ਦੀ, ਆਪਣੀ ਹੈਲਪ ਕਰਨ ਦੀ, ਤਾਂ ਕਿ ਜੋ ਪੰਜਾਬ ਆਉਣ ਵਾਲੇ ਟਾਈਮ 'ਚ ਰਾਜਸਥਾਨ ਨਾਲ ਕਿਤੇ ਬਣ ਜਾਏ। ਪਾਣੀ ਦਾ ਲੈਵਲ ਆਲਰੇਡੀ ਬਹੁਤ ਥੱਲੇ ਜਾ ਚੁੱਕੇ ਨੇ। ਸੋ ਇੱਦਾਂ ਦੀ ਗ੍ਰੀਨ ਮਿਸ਼ਨਸ ਦੇ ਨਾਲ ਅਸੀਂ ਮਾਈਕਰੋ ਫੋਰੈਸਟ ਬਣਾਉਂਦੇ ਰਹੀਏ ਔਰ ਸੰਸਥਾ ਸੇਵਾ ਨੂੰ, ਇਨਵਾਇਰਮੈਂਟ ਨੂੰ ਬਚਾਉਂਦੇ ਰਹੀਏ। ਅੱਜ ਕੱਲ੍ਹ ਜੀ, ਮੈਂ ਡਾਕਟਰ ਮਨਵੀਰ ਸਿੰਘ, ਸੀ ਟੀ ਗਰੁੱਪ ਤੋਂ। ਅੱਜ ਸੀ ਟੀ ਗਰੁੱਪ ਆਫ ਇੰਸਟੀਟਿਊਸ਼ਨਸ ਵਿੱਚ ਇੱਕ ਮਾਈਕਰੋ ਫੋਰੈਸਟ ਲਗਾਇਆ ਗਿਆ ਜੀ, 555 ਬੂਟਿਆਂ ਦੇ ਨਾਲ। ਇਹ ਫੋਰੈਸਟ ਮੀਆਂਵਾਕੀ ਟੈਕਨੀਕ ਦੇ ਤਹਿਤ ਨੇਟਿਵ ਪਲਾਂਟਸ ਨਾਲ ਲਗਾਇਆ ਗਿਆ। ਹਰਿਆਵਲ ਮਿਸ਼ਨ, ਜੋ ਕਿ ਜਗਰਾਓਂ ਦੀ ਇੱਕ ਸੰਸਥਾ ਹੈਗੀ, ਉਹਦੇ ਨਾਲ ਮਿਲ ਕੇ ਇਹ ਇੱਕ ਕੈਂਪੇਨ ਸਟਾਰਟ ਕੀਤੀ ਗਈ ਹੈਗੀ ਆ। ਆਪਾਂ ਇੱਦਾਂ ਦੇ ਫੋਰੈਸਟ ਸੀ ਟੀ ਗਰੁੱਪ ਆਪਣੇ ਹਰ ਕੈਂਪਸ ਵਿੱਚ ਕਰਾਏਗਾ ਆਉਣ ਵਾਲੇ ਟਾਈਮ ਦੇ ਵਿੱਚ। ਔਰ ਮੇਰੀ ਰਿਕੁਐਸਟ ਆ ਸਾਰੇ ਸਕੂਲਾਂ ਵਾਲਿਆਂ ਨੂੰ, ਕਾਲਜਾਂ, ਯੂਨੀਵਰਸਿਟੀਜ਼, ਕਿ ਇੱਦਾਂ ਦੇ ਮਾਈਕਰੋ ਫੋਰੈਸਟ ਉਹ ਆਪਣੇ ਕੈਂਪਸ ਵਿੱਚ ਬਣਾਉਣ, ਤਾਂ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਅੱਜ ਕੱਲ੍ਹ 50 ਡਿਗਰੀ, 40 ਡਿਗਰੀ ਹੋ ਗਿਆ ਹੈ, ਕਿਤੇ ਨਾ ਕਿਤੇ ਸਾਡੀ ਵੀ ਕੋਈ ਡਿਊਟੀ ਬਣਦੀ ਆ ਇਨਵਾਇਰਮੈਂਟ 'ਚ ਆਪਣਾ ਸਦ ਪਾਉਣ ਦੀ, ਆਪਣੀ ਹੈਲਪ ਕਰਨ ਦੀ, ਤਾਂ ਕਿ ਜੋ ਪੰਜਾਬ ਆਉਣ ਵਾਲੇ ਟਾਈਮ 'ਚ ਰਾਜਸਥਾਨ ਨਾਲ ਕਿਤੇ ਬਣ ਜਾਏ। ਪਾਣੀ ਦਾ ਲੈਵਲ ਆਲਰੇਡੀ ਬਹੁਤ ਥੱਲੇ ਜਾ ਚੁੱਕੇ ਨੇ। ਸੋ ਇੱਦਾਂ ਦੀ ਗ੍ਰੀਨ ਮਿਸ਼ਨਸ ਦੇ ਨਾਲ ਅਸੀਂ ਮਾਈਕਰੋ ਫੋਰੈਸਟ ਬਣਾਉਂਦੇ ਰਹੀਏ ਔਰ ਸੰਸਥਾ ਸੇਵਾ ਨੂੰ, ਇਨਵਾਇਰਮੈਂਟ ਨੂੰ ਬਚਾਉਂਦੇ ਰਹੀਏ।